ਕਰਨਾਲ ਸਿੰਘ ਦੇ ਗੋਲੀ ਲੱਗੀ ਹੈ, ਉਹਨਾਂ ਨੂੰ ਸ਼ਹੀਦ ਕੀਤਾ ਗਿਆ ਹੈ। ਇਹ ਸਾਰੇ ਤੁਸੀਂ ਮੇਰੇ ਤੋਂ ਵੱਧ ਭਲੀ ਭਾਂਤ ਜਾਣਦੇ ਹੋ। ਪਰ ਜਿਹੜੀ ਹੁਣ ਬੇਨਤੀ ਕਰਨੀ ਹੈ ਕਿ ਦੇਰੀ ਕਿਉਂ ਹੋ ਰਹੀ ਹੈ ਸੰਸਕਾਰ ਵਿੱਚ? ਸਾਰੀਆਂ ਸੰਗਤਾਂ ਇੱਥੇ ਜੁੜੀਆਂ ਹੋਈਆਂ ਨੇ। ਜਦੋਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਾਂ ਹੋਰ ਪੰਥਕ ਸ਼ਖਸੀਅਤਾਂ ਇੱਥੇ ਆਈਆਂ ਨੇ, ਉਹਨਾਂ ਨੂੰ ਪਰਿਵਾਰ ਦੇ ਮੁਖੀਆਂ ਨੇ, ਘਰ ਵਾਲਿਆਂ ਨੇ, ਪਿੰਡ ਵਾਲਿਆਂ ਨੇ ਇਹ ਤਿੰਨ ਬੇਨਤੀਆਂ ਕੀਤੀਆਂ ਨੇ। ਤਿੰਨ, ਪਹਿਲੇ ਨੰਬਰ 'ਤੇ ਐਸਐਸਪੀ ਜਿਹੜਾ ਹੈ ਉਹ ਮੁਅੱਤਲ ਹੋਣਾ ਚਾਹੀਦਾ ਹੈ, ਸਸਪੈਂਡ ਹੋਣਾ ਚਾਹੀਦਾ ਹੈ। ਇਹ ਪਹਿਲੀ ਜਿਹੜੀ ਹੈ ਉਹ ਅਜੇ ਤੱਕ ਕੁਝ ਨਹੀਂ ਹੋਇਆ। ਜਿਹੜੀ ਦੂਸਰੀ ਮੰਗ ਪਰਿਵਾਰ ਨੇ ਰੱਖੀ ਹੈ ਉਹ ਇਹ ਹੈ ਕਿ ਡੀਐਸਪੀ ਜਿਹਨੇ ਗੋਲੀਆਂ ਚਲਾਉਣ ਦਾ ਆਰਡਰ ਦਿੱਤਾ ਹੈ ਜੋ ਅਜੇ ਤੱਕ ਨਹੀਂ ਹੋਇਆ। ਤੇ ਤੀਸਰੀ ਗੱਲ ਜਿਹੜੀ ਪਰਿਵਾਰ ਨੇ ਰੱਖੀ ਹੈ, ਪਰਿਵਾਰ ਨੇ ਆਖਿਆ ਹੈ ਕਿ ਜਿਹੜੇ ਬੰਦਿਆਂ ਦੇ ਉੱਤੇ ਪਰਚੇ ਦਰਜ ਹੋਏ ਨੇ ਸ਼ਿਵ ਸੈਨਾ ਵਾਲਿਆਂ ਉੱਤੇ ਅਜੇ ਤੱਕ ਸਾਡੀਆਂ ਪੂਰੀਆਂ ਕੀਤੀਆਂ ਜਾਣ ਤਾਂ ਅਸੀਂ ਅੰਤਮ ਸੰਸਕਾਰ ਕਰਾਂਗੇ, ਸਰੀਰ ਨੂੰ ਲੈ ਕੇ ਕਾਨਪੁਰ ਵੱਲ ਚਾਲਾ ਪਾ ਦਿਆਂਗੇ। ਉਹ ਪੰਥ
ਗੱਲ ਹੁਣ ਕਰਕੇ ਵਿਖਾਉਣ ਕਿਉਂਕਿ ਗੁਰਮੁਖ ਜਦੋਂ ਵੀ ਕਦੇ ਰੌਲਾ ਪੈਂਦਾ ਜਦੋਂ ਵੀ ਕੋਈ ਝਗੜਾ ਪੈਂਦਾ ਹੈ ਸਵੇਰੇ ਸਾਡੇ ਨਾਲ ਹੀ ਧੱਕਾ ਹੁੰਦਾ ਸਾਡੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਇਸ ਤਰ੍ਹਾਂ ਪਤਾ ਲੱਗਾ ਹੈ ਕਿ ਹੁਣੇ ਹੁਣੇ ਗੱਲ ਫੈਸਲੇ 'ਤੇ ਪਹੁੰਚੀ ਹੈ। ਸਰਦਾ ਆਪਣੇ ਭਾਈ ਜਸਪਾਲ ਸਿੰਘ ਜਿਹੜੇ ਕਿ ਦਾਗ ਨੌਜਵਾਨ ਦੇ ਸ਼ਹੀਦ ਦੇ ਰੋਕੇ ਹੋਏ ਸਨ ਅਤੇ ਉਡੀਕ ਸ਼ੀਸ਼ ਸਿੰਘ ਸਾਹਿਬਾਨ ਦੇ ਫੈਸਲੇ ਦੀ, ਅਤੇ ਸਾਨੂੰ ਇਹ ਪਤਾ ਲੱਗਾ ਹੈ ਕਿ ਡੀ ਸੀ ਗੁਰਦਾਸਪੁਰ ਸਰਦਾਰ ਅਮਰਿੰਦਰ ਹਾਂਜੀ ਕੈਂਥ ਜਿਹੜੇ ਕਿ ਹੁਣੇ ਫੈਕਸ ਲੈ ਕੇ ਆਪਾਂ ਸਟੇਜ ਤੇ ਇੱਥੇ ਮੈਂ ਬੋਲ ਕੇ ਗਿਆ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਸੰਸਕਾਰ ਨਹੀਂ ਹੋਏਗਾ। ਇੱਥੇ ਹੀ ਬੈਠੇ ਰਹਾਂਗੇ, ਅੱਜ ਰਾਤ ਲੱਗ ਜਾਏ ਕੱਲ ਦਿਨ ਚੜ ਜਾਏ ਕੋਈ ਗੱਲ ਨਹੀਂ। ਸੋ ਹੁਣ ਤਾਂ ਬਾਹਰ ਆਏ ਆ, ਸੰਸਕਾਰ ਕਰਨ ਦਾ ਫੈਸਲਾ ਤਾਂ ਲਿਆ, ਜਿਹੜੀਆਂ ਜਿਹੜੀਆਂ ਸਾਡੀਆਂ ਤਿੰਨ ਮੰਗਾਂ ਸਨ ਉਹਨਾਂ ਨੇ ਮੰਨ ਲਈਆਂ ਨੇ, ਤੇ ਇਸ ਕਰਕੇ ਸਿੰਘ ਸਾਹਿਬ ਆਪ ਜੀ ਨੂੰ ਵਿਸਥਾਰ ਨਾਲ ਦੱਸਣਗੇ। ਉਸ ਤੋਂ ਬਾਅਦ ਸੰਸਕਾਰ ਕਰਨਾ ਹੈ ਤੇ ਸੰਸਕਾਰ ਦੀ ਜਿਹੜੀ ਮਰਿਆਦਾ ਹੈ
अंतिम संस्कार की जिहड़ी मर्यादा है वह भंग नहीं होण देनी, रवा नहीं पैण देना। सब तो पहला सारी साह संघ जी जो साडे बच्चे ने सौ ते आई है, मैं इन्हों का बहुत तह दिलों स्वागत है। तुसा बहुत सहयोग दिता और जो साडे जथेदार साहब ने जोड़ लाया, मैं बहुत उन्हों का धन्यवादी हाँ। मैं एक तुहाडे ते जरूरी बेनती यह करनी है जी, हुण शांति दे नाल आपां अपने शरीर बच्चे का संस्कार करना जी। जो तुसा मेरी पहला इन्नी इज्जत रखी आ तो मेरी होर भी मेरी इज्जत का माण वधाओ। मेरी तुहाडे हाथ जोड़ के बेनती आ, बड़े प्यार के नाम तुसा जाना जी। दूजी बेनती है जी, 7 तरीक नूं खंडपा साहब का भोग खाना जी। असीं सारे सिंह साहिबां नूं बेनती करदे हां, जिदा अज साडे सिर ते मेहर भरे हाथ रख्या इन्हां ने, इदां ही साडे इत्थे हाजर होणा जी। ते असीं कोई रागी नहीं गाउणा, बाबा जी ढंगी वाले साहब नूं बेनती करदे हां जी, तुसीं कृपा करनी साडे ते। और मेरी यह दोबारा हाथ जोड़ के बेनती है सारी संगत ने, बड़े प्यार सत्कार के नाल साडे शहीद बच्चे के संस्कार के सारी संगत जाओ। वाहेगुरु जी का खालसा, वाहेगुरु जी की फतह। सतनाम वाह।